ਬਸ ਬਸ ਚੱਲਣ ਲੱਗੀ ਹੈ। ਜਿਹੜੀ ਮਦਰ ਦੇ ਨਾਲ ਜਿਹੜੀ ਸੰਗਤ ਦੀ ਜਿਹੜੀ ਇੱਕ ਵੀਆਈਪੀ ਕਲਚਰ ਪਹਿਲਾਂ ਹੈ, ਪਰਿਵਾਰ ਜਿਹੜਾ ਉਹ ਗੱਡੀਆਂ 'ਚ ਜਾਂਦਾ ਹੈ ਅਤੇ ਸੰਗਤ ਜਿਹੜੀ ਉਹ ਬੈਠ ਕੇ ਮਗਰ ਤਾਂ ਨਹੀਂ, ਇਹ ਮੇਰੀ ਮਦਰ ਦੀ ਇੱਥੇ ਬਸ ਅਤੇ ਲੰਘ ਲੈ ਤੇ ਉਹਨਾਂ ਨੂੰ ਇੱਕ ਬਾਰੀ ਲੱਗ ਗਈ ਪ੍ਰਧਾਨ ਸਾਹਿਬ ਕਿੱਥੇ ਨੇ ਆਇਓ ਪਿੱਛੇ ਆ ਜਾਓ ਆਇਓ ਯਾਰ ਪਰਵਿੰਦਰ ਪਿੱਛੇ ਆ ਯਾਰ ਮਾਸਟਰ ਚੱਲ ਡਰਮ ਕੋ ਸਟਾਰਟ ਕਰ ਲਓ ਗੱਡੀ ਚੱਲ ਚੱਲ ਲਿਆ ਬਸ ਚੱਲ ਚੱਲ ਲਿਆ ਉਹ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿਹੜਾ ਇੱਕ ਪਹਿਲਕਦਮੀ ਕੀਤੀ ਗਈ ਹੈ ਸੰਗਤਾਂ ਨੂੰ ਜਿਹੜਾ ਵਾ ਵੀ ਹਰ ਹਲਕੇ ਦੇ ਵਿੱਚੋਂ ਨਤਮਸਤਕ ਹੋ ਕੇ ਆਉਣ, ਜਿੱਥੇ ਜਿੱਥੇ ਵੀ ਇਹਨਾਂ ਦੇ ਮਨ ਕਰਦਾ ਸੀ ਇਹਨਾਂ ਨੇ ਨੋਟ ਕਰਾਇਆ। ਔਰ ਸਾਡੀ ਕੋਸ਼ਿਸ਼ ਹੈ ਵੀ ਅੱਜ ਜਿਹੜਾ ਅਨੰਦਪੁਰ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਿਹੜੀਆਂ ਬੱਸਾਂ ਜਾ ਰਹੀਆਂ ਨੇ, ਔਰ ਇਹ ਬੜਾ ਵੱਡਾ ਉਪਰਾਲਾ ਔਰ ਸੰਗਤਾਂ ਦੇ ਚਿਹਰੇ 'ਤੇ ਨੂਰ ਵੱਖਰਾ ਵੇਖਣ ਨੂੰ ਮਿਲ ਰਿਹਾ, ਇੱਕ ਖੁਸ਼ੀ ਦੀ ਲਹਿਰ ਵੱਖਰੀ ਵੇਖ ਮਿਲ ਰਹੀ ਹੈ ਕਿਉਂਕਿ ਸਾਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ, ਰਾਤ ਸੌਣ ਦਾ, ਖਾਣ ਪੀਣ ਦਾ, ਜਾ ਕੇ ਬਸ ਦਰਸ਼ਨ ਕਰਨ, ਪਰਮਾਤਮਾ ਅੱਗੇ ਹਾਜ਼ਰੀ ਲਵਾਉਣ ਅਤੇ ਫਿਰ ਆਪਣੇ ਘਰ ਨੂੰ। ਕਿੰਨੀਆਂ ਕੁ ਸੰਗਤਾਂ ਦਾ ਜਿਹੜਾ ਜੱਥਾ ਰਵਾਨਾ ਹੋਣਾ? ਇਹ ਘੱਟੋ ਘੱਟ ਨੇ ਜੀ 43 ਜਿਹੜੀਆਂ ਸਾਡੇ ਸੰਗਤਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ। ਔਰ ਮੈਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਵੀ ਇਹ ਨਾ ਹੋਵੇ ਵੀ ਰਜੇਵੇਂ ਬੜੇ ਨੇ, ਅੱਜ ਦਾ ਸਮਾਂ ਜਿਹੜਾ ਬਹੁਤ ਬਿਜ਼ੀ ਆ, ਹਰ ਕੋਈ ਬਿਜ਼ੀ ਰਜੇਵਿਆਂ 'ਚ ਆ, ਪਰ ਉਹ ਮੈਨੂੰ ਹੁਣ ਇੱਥੇ ਪਤਾ ਲੱਗਾ ਦਫ਼ਤਰ 'ਚ ਆ ਕੇ ਵੀ ਬਸ ਛੋਟੀ ਪੈ ਗਈ ਹੈ ਸਾਡੀ, ਪਰ ਅਗਲੀ ਵਾਰੀ ਪ੍ਰੋਪਰਲੀ ਇੰਤਜ਼ਾਮ ਹੋਰ ਵੱਧ ਕਰਾਂਗੇ ਆਪਾਂ। ਔਰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਇਹ ਵੀ ਸਾਰਾ ਜਿਹੜਾ ਪਲਾਨ ਜਿਹੜਾ ਹੋਇਆ ਇਹ ਆਪ ਸੰਗਤਾਂ ਆਪ ਮੁਹਾਰੇ ਆ ਕੇ ਇਹਨਾਂ ਨੇ ਆਪੋ ਆਪਣਾ ਨਾਂ ਨੰਬਰ ਨੋਟ ਕਰਵਾਇਆ। ਟਿਕਟਾਂ ਦਿੱਤੀਆਂ ਜਾ ਰਹੀਆਂ ਉਹਦੇ ਬਾਅਦ? ਬਿਲਕੁਲ ਜੀ, ਜੋ ਸਰਕਾਰ ਵੱਲੋਂ ਸਮਾਨ ਮੁਹੱਈਆ ਕਰਾ ਰਹੇ ਆ ਵੀ ਸਾਡੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ। ਠੀਕ ਹੈ ਜੀ, ਹਮੇਸ਼ਾ ਹੀ ਇਹਨੇ ਬਹੁਤ ਯਾਤਰਾ ਕਰਾਈ, ਸਭ ਜਗ੍ਹਾ 'ਚ ਪਹਿਲੇ ਵੀ ਕੀਤੀ ਹੋਈ ਆ ਅਤੇ ਅੱਜ ਵੀ ਚਲੋ ਪਰਮਾਤਮਾ ਦੀ ਦਿਆ ਨਾਲ ਸਰਕਾਰ ਨੇ ਦਵਿੰਦਰ ਕੌਰ
ਸਿੰਬਲ ਚੌਂਕ ਖੂਹੀ ਵਾਲੀ ਗਲੀ ਆਨੰਦਪੁਰ ਐਮ ਐਲ ਏ ਸਾਹਿਬ ਲੈ ਕੇ ਚੱਲੇ ਨਹੀਂ ਪਹਿਲੀ ਵਾਰੀ ਚੱਲੇ ਠੀਕ ਆ ਰੋਟੀ ਪਾਣੀ ਸਾਰਾ ਸਹੀ ਆ ਕੀ ਕਾਰਨ ਸੀ ਪਹਿਲਾਂ ਨਹੀਂ ਜਾ ਸਕੇ ਮਜਬੂਰੀਆਂ ਘਰਾਂ ਦੀਆਂ ਹੁੰਦੀਆਂ ਹੀ ਆ ਹੁਣ ਸ਼ਹਿਰੀ ਕਰਸ਼ੀ ਨੇ ਬਣਨਾ ਹੀ ਸਾਨੂੰ ਖੜਨਾ ਹੀ ਬਸ ਆਉਂਦੀ ਰੋਟੀ ਪਾਣੀ ਸਭ ਕੁਛ ਸਹੀ ਆ ਹਾਂਜੀ ਐਮ ਐਲ ਏ ਸਾਹਿਬ ਤੁਹਾਡਾ ਕੌਣ ਕੌਣ ਚੱਲਾ ਅਸੀਂ ਦੋਨੋਂ ਜੀ ਚੱਲੇ